ਹੋ ਹੁੰਦੇ ਨੇ ਬੇ ਹਿੰਮਤ ਇਹ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਅੱਜ ਇਸ ਦਫ਼ਤਰ ਦੇ ਅਧ்கਟਣ ਵਿੱਚ ਆਏ ਹੋਏ ਸਾਰੇ ਹੀ ਨੌਜਵਾਨ ਸਾਥਿਓ ਮੈਂ ਆਪ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹਾਂ ਤੁਸੀਂ ਆਪਣੇ ਬਹੁਤ ਹੀ ਕੀਮਤੀ ਟਾਈਮ ਵਿੱਚੋਂ ਟਾਈਮ ਕੱਢਿਆ ਕਿਰਪਾ ਕਰਕੇ ਆਪਣੀਆਂ ਕੁਰਸੀਆਂ ਗ੍ਰਹਿਣ ਕਰੋ ਮੰਚ ਤੇ ਬਿਰਾਜ਼ਮਾਨ ਲੀਡਰਸ਼ਿਪ ਸਾਡੇ ਰਾਸ਼ਟਰੀ ਪ੍ਰਧਾਨ ਮੈਡਮ ਹਰਵਿੰਦਰ ਕੌਰ ਜੀ ਸਰਪ੍ਰਸਤ ਸਰਦਾਰ ਜਸਵਿੰਦਰ ਸਿੰਘ ਜੀ ਜਖਵਾਲੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਸਾਡੇ ਜੂਥ ਲੀਡਰ ਹਰਵਿੰਦਰ ਸਿੰਘ ਪ੍ਰਿੰਸ ਅਤੇ ਪੰਡਾਲ ਵਿੱਚ ਬੈਠੇ ਮੇਰੇ ਭਰਾਵੋ ਭੈਣੋ ਨੌਜਵਾਨ ਸਾਥਿਓ ਤੇ ਬੱਚਿਓ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਨਾਲ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਆਪਾਂ ਇੰਨੀ ਗਰਮੀ ਦੇ ਵਿੱਚ ਇੱਥੇ ਇਕੱਠੇ ਹੋਏ ਆਂ ਇਹਦਾ ਕੀ ਮਤਲਬ ਹੈ ਇਹ ਦੱਸਣ ਦੇ ਲਈ ਅਸੀਂ ਤੁਹਾਨੂੰ ਇੱਥੇ ਆਏ ਆ ਕਿਉਂਕਿ ਇਹ ਜੋ ਸਮਾਂ ਚੱਲਦਾ ਹੈ ਬਹੁਤ ਨਾਜ਼ਕ ਚੱਲਦਾ ਹੈ ਅੱਜ ਕੱਲ ਚੋਣਾ ਚੋਣਾ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਹਰ ਪਾਰਟੀ ਜਿਹੜੀ ਕਦੇ ਚੋਣਾ ਤੋਂ ਬਾਅਦ ਦਿਖਾਈ ਨਹੀਂ ਦਿੰਦੀ ਜਿੱਤ ਜਾਂਦੇ ਨੇ ਮੁੜ ਕੇ ਕਦੇ ਸ਼ਕਲ ਨਹੀਂ ਦਿਖਾਉਂਦੇ ਅੱਜ ਤੁਹਾਡੇ ਕੋਲ ਵੀ ਮੌਕਾ ਹੈ ਕਿ ਜਦੋਂ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਹਿਸਾਬ ਲਵੋ ਇਹ ਤੁਹਾਡਾ ਫਰਜ਼ ਬਣਦਾ ਹੈ ਅਗਰ ਅਸੀਂ ਹਵੇਸਲੇ ਰਹੇ ਤਾਂ ਇਸੇ ਤਰ੍ਹਾਂ ਉਹ ਅੱਗੇ ਤੋਂ ਵੀ ਇਹੀ ਕੰਮ ਕਰਦੇ ਰਹਿਣਗੇ ਪੰਜਾਬ ਦੇ ਵਿੱਚ ਜੋ ਦੌਰ ਚੱਲ ਰਿਹਾ ਬਹੁਤ ਹੀ ਨਾਜ਼ਕ ਦੌਰ ਚੱਲ ਰਿਹਾ ਹੈ ਇੱਥੇ ਅਮੀਰ ਅਮੀਰ ਹੋ ਰਿਹਾ ਹੈ ਗਰੀਬ ਨੂੰ ਰੋਟੀ ਦੇ ਸੰਦੇ ਪਾਇਆ ਜੇ ਕੋਈ ਗਰੀਬ ਮਜ਼ਦੂਰੀ ਕਰਦਾ ਸੀ ਮਾੜੀ ਮੋਟੀ ਨੌਕਰੀ ਤੇ ਲੱਗਾ ਸੀ ਪ੍ਰਾਈਵੇਟ ਨੌਕਰੀਆਂ ਕਰਦੇ ਸੀ ਉਹਨਾਂ ਨੂੰ ਵੀ ਇੱਥੋਂ ਤੱਕ ਤੰਗ ਮਜਬੂਰ ਕਰ ਦਿੱਤਾ ਗਿਆ 바ਵਾ ਸਾਹਿਬ ਡਾਕਟਰ ਪੀਮਰਾਓ ਉਮੀਦ ਕਰਨੇ ਆਪਣਾ ਸਾਰਾ ਜੀਵਨ ਲਾ ਕੇ ਜੋ ਸੁਵਿਧਾਵਾਂ ਦਿੱਤੀਆਂ ਆਪਣੇ ਡਿਊਟੀ ਦੇ 8 ਘੰਟੇ ਕੀਤੇ 12 ਘੰਟੇ ਤੋਂ ਉਹਨਾਂ ਨੇ ਛੁੱਟੀ ਦਾ ਹੱਕ ਦਿੱਤਾ ਤੇ ਸਾਡੀਆਂ ਭੈਣਾਂ ਨੂੰ ਮਟੈਂਟੀ ਲੀਵ ਦਾ ਹੱਕ ਦਿੱਤਾ ਵਿਧ ਪੇ ਅਤੇ ਸਾਡੇ ਗਰੀਬ ਸਮਾਜ ਨੂੰ ਸਾਰਿਆਂ ਤੋਂ ਵੱਡੀ ਜਿਹੜੀ ਤਾਕਤ ਵੋਟ ਨਹੀਂ ਦਿੱਤੀ ਪਰ ਕੀ ਅਸੀਂ ਸਾਡੇ ਰਹਿਵਰ ਵੱਲੋਂ ਦੱਸੇ ਹੋਏ ਮਾਰਗ ਤੇ ਚੱਲੇ ਅਸੀਂ ਕਿਉਂ ਪਟਕ ਗਏ ਅੱਜ ਨੌਜਵਾਨਾਂ ਦੀ ਗਿਣਤੀ ਬਹੁਤ ਆਤ ਵਿੱਚ ਹੈ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਇਹ ਜਿਹੜੇ ਲੀਡਰ ਝੂਠ ਬੋਲ ਕੇ ਜਾਂਦੇ ਨੇ ਇਹਨਾਂ ਤੋਂ ਆਪਣਾ ਹਿਸਾਬ ਮੰਗੋ ਪੰਜਾਬ ਵਿੱਚ ਅੰਨੀ ਪਈ ਹੋਈ ਹੈ ਹੁਣੇ ਰੌਲਾ ਪਾਉਂਦੇ ਨੇ ਅੱਜ ਜੋ ਗਵਰਨਮੈਂਟ ਹੈ ਉਹ ਪਹਿਲੀ ਨੂੰ ਦੋਸ਼ੀ ਦੱਸ ਰਹੀ ਹੈ ਜਿਹੜੀ ਪਹਿਲੀ ਗਵਰਨਮੈਂਟ ਹੈ ਉਹ ਨਵੇਂ ਨਵੇਂ ਫੁਰਨੇ ਦੱਸ ਕੇ ਨਵੇਂ ਨਵੇਂ ਲਾਰੇ ਲਾ ਕੇ ਨਵਿਆਂ ਨਵੀਆਂ ਕੋਝੀਆਂ ਚਾਲਾਂ ਚੱਲ ਕੇ ਸਾਨੂੰ ਫੇਰ ਅਲਝਾਂ ਦੇ ਚੱਕਰ 'ਚ ਐ ਇਹਨਾਂ ਨੂੰ ਪੁੱਛਣਾ ਪੁੱਛਿਆ ਜਾਵੇ ਭਰਾਵੋ ਹੁਣ ਤੁਸੀਂ ਗੱਲਾਂ ਕਰਦੇ ਹੋ ਅਸੀਂ ਆਟਾ ਦਾਲ ਚੌਲ ਨਾਲ ਕਿ ਉਹ ਵੀ ਦੇ ਦਾਂਗੇ ਚੀਨੀ ਵੀ ਦੇ ਦਾਂਗੇ ਚਾਹ ਪੱਤੀ ਵੀ ਦੇ ਦਾਂਗੇ ਤੁਹਾਨੂੰ ਸੋਚਣਾ ਚਾਹੀਦਾ ਹੈ ਗੱਲ ਕਰਨ ਤੋਂ ਪਹਿਲਾਂ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਇਹ ਮਿਹਨਤ ਕਾਸ਼ ਲੋਕਾਂ ਦੀ ਧਰਤੀ ਹੈ ਇਹ ਤੁਸੀਂ ਕਿਉਂ ਇਹਨਾਂ ਨੂੰ ਮੰਗਤੇ ਬਣਾਉਣ ਲੱਗੇ ਹੋਏ ਹੋ ਇਹ ਆਪਣੀ ਆਣਖ ਨਾਲ ਜੀਣਾ ਚਾਹੁੰਦੇ ਆ ਤੁਹਾਨੂੰ ਪੰਜਾਬੀਓ ਮਾਣ ਹੋਣਾ ਚਾਹੀਦਾ ਇਸ ਗੱਲ ਤੇ ਜਦੋਂ ਵੀ ਕੋਈ ਦੇਸ਼ ਤੇ ਭਾਰੀ ਪਈ ਹੈ ਤਾਂ ਪੰਜਾਬ ਦਾ ਹਿੱਸਾ 90% ਰਿਹਾ ਜਦੋਂ ਪਹਿਲੀ ਲੜਾਈ ਆਪਣੀ ਚੀਨ ਨਾਲ ਲੱਗੀ ਉਸ ਵੇਲੇ ਜਵਾਹਰ ਲਾਲ ਨਹਿਰੂ ਜੀ ਨੇ ਅਪੀਲ ਕੀਤੀ ਸਾਰੇ ਦੇਸ਼ ਨੂੰ ਭਾਈ ਦੇਸ਼ ਤੇ ਭਾਰੀ ਪੈ ਗਈ ਆ ਆਪਾਂ ਰਲ ਮਿਲ ਕੇ ਇਹਦਾ ਟੱਕਰਾ ਕਰਨ ਲਈ ਫੰਡ ਇਕੱਠਾ ਕਰਨਾ ਉਸ ਵੇਲੇ ਇਹ ਜੋ ਅੱਜ ਦੇ ਲੀਡਰ ਜੋ ਪੰਜਾਬ ਨੂੰ ਪੰਜਾਬ ਸੂਬੜੀ ਦੱਸਦੇ ਨੇ ਉਸ ਵੇਲੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਮਾ ਨੇ ਆਪਣੇ ਗਲਾਂ ਦੇ ਹਾਰ ਲਾ ਕੇ ਬੱਚਿਆਂ ਦਾ ਸਨਮਾਨ ਕਰਨਾ ਓਕੇ ਆਪਣੇ ਗਲਾਂ ਦੇ ਹਾਰ ਲਾ ਕੇ ਆਪਣੇ ਹੱਥਾਂ ਦੀਆਂ ਚੂੜੀਆਂ ਤੱਕ ਲਾ ਕੇ ਸੋਨੇ ਦੇ ਢੇਰ ਲਾ ਦਿੱਤੇ ਅਰ ਸਾਰੇ ਇੰਡੀਆ ਦੇ ਵਿੱਚੋਂ 5% ਸੋਨਾ ਇਕੱਠਾ ਨਹੀਂ ਸੀ ਹੋਇਆ 95% ਸੋਨਾ ਤੁਸੀਂ ਇਕੱਠਾ ਕਰਕੇ ਦਿੱਤਾ ਸੀ ਇਹ ਉਸ ਪੰਜਾਬ ਨੂੰ ਨਕੰਮਾ ਦੱਸਦੇ ਨੇ ਇਹ ਉਸ ਪੰਜਾਬ ਨੂੰ ਭਖਾਰੀ ਦੱਸਦੇ ਨੇ ਇਹ ਆਟਾ ਢਾਲ ਚੌਲ ਸਕੀਮਾਂ ਦੇ ਵਿੱਚ ਝੁਲਾ ਕੇ ਸਾਨੂੰ ਕੰਮਾਂ ਤੋਂ ਰੋਕਦੇ ਨੇ ਇਸ ਗੱਲ ਨੂੰ ਆਪਾਂ ਨੂੰ ਤੈਅ ਤੱਕ ਪਹਿਚਾਣਨਾ ਪਏਗਾ ਇਹ ਚੀਜ਼ਾਂ ਨੂੰ ਆਪਾਂ ਨੂੰ ਲੱਤ ਮਾਰਨੀ ਪਏਗੀ ਕੀ ਅਸੀਂ ਨਰੇਗਾ ਕਰਨ ਲਈ ਰਹਿ ਗਏ ਸਾਨੂੰ ਫੇਰ ਉਹ ਗੰਦਗੀ ਦੇ ਨਾਲੀਆਂ ਵਿੱਚ ਬਾੜ ਦਿੱਤਾ ਅਸੀਂ ਇੱਕ ਦੂਜੇ ਨਾਲ ਲੜਦੇ ਹਾਂ ਸਾਡੀ ਹਾਜ਼ਰੀ ਨਹੀਂ ਲੱਗੀ ਕੜਮ ਚੌਧਰੀਆਂ ਕੋਲ ਜਾਂਦੇ ਹਾਂ ਮਿੰਤਾں ਕਰਲੇ ਕਰਦੇ ਹਾਂ ਕਿਉਂ ਆਪਣੇ ਹੱਕ ਮੰਗੋ ਅਸੀਂ ਆਪਣਾ ਰਾਈਟ ਸਾਨੂੰ ਐਜੂਕੇਸ਼ਨ ਚਾਹੀਦੀ ਆ ਸਾਨੂੰ ਇਹ ਆਟੇ ਦਾਲ ਸਕੀਮਾਂ ਨਹੀਂ ਚਾਹੀਦੀਆਂ ਇਹਨੂੰ ਤਰਕਾਰ ਦਿਓ ਇਹਨੂੰ ਲੱਤ ਮਾਰੋ ਜਿਹੜਾ ਇਹ ਗੱਲਾਂ ਕਰਦਾ ਆ ਉਹਦੇ ਗਲ ਪੈ ਜਾਓ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਜੇ ਕਰ ਸਕਦਾ ਉਹਨਾਂ ਨੂੰ ਜਾ ਕੇ ਕਹਿ ਭਈ ਸਾਡੀ ਐਜੂਕੇਸ਼ਨ ਦੱਸ ਐਜੂਕੇਸ਼ਨ ਦਾ ਪੱਧਰ ਕੀ ਆ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਹਨ ਸਕੂਲ ਪੰਜਾਬ ਦੇ ਬੰਦ ਕਰ ਦਿੱਤੇ ਸਰਕਾਰੀ ਕਿਉਂ ਕੀਤੇ ਕਿਉਂਕਿ ਸਾਡੇ ਬੱਚੇ ਪੜ੍ਹਦੇ ਆ ਨਾ ਉੱਥੇ ਇਹਨਾਂ ਦੇ ਬੱਚੇ ਤਾਂ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੇ ਪਾਸੇ ਜਿੱਥੇ ਇਹਨਾਂ ਦਾ ਦਾ ਲੱਗਦਾ ਆ ਇਹ ਹਰ ਚੀਜ਼ ਤੇ ਕਾਬਜ ਹੋਈ ਜਾਂਦੇ ਨੇ ਪੰਜਾਬ ਦੇ ਵਿੱਚ 4000 ਕਰੋੜ ਰੁਪਇਆ ਮੰਡੀ ਫੀਸ ਬੰਦ ਹੋਣ ਨਾਲ ਹੋ ਗਿਆ ਉਹਦਾ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਨਾ ਦੂਜਾ ਸੀ ਆਪਣੇ ਬਜਰੀ ਰੇਤਾ ਸ਼ਰਾਬ ਬਿਜਲੀ ਇਹ ਸਟੇਟ ਦੇ ਸੋਰਸ ਨੇ ਇਹ ਪੰਜਾਬ ਦੇ ਆਮਦਨ ਵਾਲੇ ਸਾਧਨ ਨੇ ਪਰ ਇਹਨਾਂ ਲੋਕਾਂ ਨੇ ਕੀ ਕੀਤਾ ਇਹਨਾਂ ਨੇ ਰੇਤਾ ਬਜਰੀ ਬਿਜਲੀ ਸ਼ਰਾਬ ਇਹ ਸਾਰਿਆਂ ਤੇ ਆਪਣਾ ਕਬਜ਼ਾ ਕਰ ਲਿਆ ਵੀਰੋ ਮੈਂ ਤੁਹਾਨੂੰ ਇਹ ਜਿਹੜੀਆਂ ਗੱਲਾਂ ਦੱਸਦਾ ਨੈਟ ਤੇ ਸਾਰੀਆਂ ਪਈਆਂ ਤੁਸੀਂ ਆਪ ਸਰਚ ਕਰ ਸਕਦੇ ਹੋ ਨੌਜਵਾਨ ਸਾਰੇ ਪੜ੍ਹੇ ਲਿਖੇ ਨੇ ਜਾਣਦੇ ਨੇ ਇੱਕ ਪੰਜਾਬ ਦੇ ਵਿੱਚ ਲਗਭਗ 1008 ਕ੍ਰੈਸ਼ਰ ਨੇ